ਹੀਰਿਆਂ ਤੋਂ ਮਹਿੰਗੇ ਰਹਿੰਦੇ ਆਨੇ ਬਣ ਗਏ। ਪੰਜ ਗ੍ਰਾਈ ਤੇ ਲੰਡੇ ਰੀਆਂ ਟੀਮਾਂ ਦੇ ਦਰਮਿਆਨ ਮੁਕਾਬਲਾ ਹੈ। ਲਓ ਮੈਚ ਹੋਣਾ ਮੇਰੇ ਵੀਰਿਓ, ਲੰਡੇ ਦੇ ਪੰਜ ਗ੍ਰਾਈ ਮੈਚ ਤੇ ਗੁਰਚਰਨ ਤੇ ਸੁਖਰਾਜ ਅਗਲੀ ਗੱਲ ਕਰਨਗੇ। ਤੂਤ ਤੇ ਟਰੋਲੀ ਭਾਈ ਖਾਰਾ ਤੇ ਸ਼ੀਰ ਵਾਲੀ ਸਮਾਧ ਭਾਈ ਤੇ ਪਾਕਾ ਇਹ ਟੀਮਾਂ ਪਿਆਰੀ ਇੱਡੀ ਫੜ ਲੈਣ। ਸੁਖਰਾਜ ਤੇ ਗੁਰਚਰਨ ਅਗਲੀ ਗੱਲ ਕਰਨ। ਲਓ ਸਾਡੀ ਜ਼ਿੰਦਗੀ ਦੇ ਬਹੁਤ ਪਿਆਰੇ ਵੀਰ ਹੈ ਗੁਰਚਰਨ ਸੁਨੇਰ ਤੇ ਸੁਖਰਾਜ ਰੋਡੇ, ਜਿਵੇਂ ਜਿਵੇਂ ਹੁਕਮ ਹੈ ਉਵੇਂ ਉਵੇਂ ਹਾਜ਼ਰੀ ਨਿਭਾਵਾਂਗੇ। ਬਹੁਤ ਪਿਆਰਾ ਵੀਰ ਗੁਰਚਰਨ ਸੁਨੇਰ ਤੇ ਸੁਖਰਾਜ ਰੋਡੇ ਮੇਰੀ ਜ਼ਿੰਦਗੀ ਦੇ ਬੜੇ ਪਿਆਰੇ ਵੀਰ ਹੈ। ਲੈ ਵੀ ਗੁਰਚਰਨ ਜੰਬੋ ਦੀ ਰੇਡ ਤੇ ਗੱਲ ਤੈਅ ਕਰਨੀ ਹੈ। ਲਓ ਪੰਜ ਗ੍ਰਹੀ ਵਾਲਾ ਗੋਲੂ ਰੇਡ ਪਾ ਰਿਹਾ, 200 ਟਰੈਕਟਰਾਂ ਦਾ ਜੇਤੂ ਹੈ। ਕਹਿੰਦੇ ਰੇਡ ਖੋਲ ਮੈਦਾਨ ਦੇ ਵਿੱਚ ਪੰਜ ਗ੍ਰਹੀ ਵਾਲੇ ਜੰਬੋ ਦੀ ਪੈਰੀ ਹੈ। ਸਰਦਾਰ ਜਲੰਧਰ ਸਿੰਘ ਸਿੱਧੂ ਐਨ ਕਬੱਡੀ ਦੇ ਮੰਨੇ ਪਰਮੰਨੇ ਪ੍ਰਮੋਟਰ ਹੈ। ਲਓ ਪਾਈ ਹੋਈ ਰੇਡ ਦੇ ਲੰਡਿਆਂ ਵਾਲੇ ਮੋਹਣੇ ਦੇ ਨਾਲ ਮੰਗਾ ਪੈ ਗਿਆ, ਲੱਗਿਆ ਹੋਇਆ ਜੋਰ ਬੱਲੇ ਬੱਲੇ। ਪਰ ਪੁਆਇੰਟ ਕਹਿੰਦੇ ਇਸ ਨੌਜਵਾਨ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ। ਅਗਲੀ ਕਬੱਡੀ ਕਹਿੰਦੇ ਰਾਜਿਆਂ ਨੇ ਤਾਂ ਸੁੱਖਾ ਖੇਡ ਮੈਦਾਨ ਦੇ ਵਿੱਚ ਫਿਰ ਪਾਉਣ ਦੇ ਲਈ ਵਾਧਾ ਹੋਇਆ। ਸਾਹਮਣੇ ਕਹਿੰਦੇ ਚਾਰ ਜਾਫੀ ਹੈ, ਕੋਟ ਭਾਈ ਵਾਲਾ ਮੋਨੂ ਹੈ, ਬਾਜਾ ਮੱਲਣ ਵਾਲਾ ਨਾਲ ਬਾਜ ਹੈ ਤੇ ਲਵੀ ਕਹਿੰਦੇ ਤਖਤੂਪੁਰੇ ਵਾਲਾ, ਚਾਰੇ ਜਾਫੀ ਹੈ, ਪੱਟਾਂ ਤੇ ਥਾਪੀਆਂ ਵੱਜ ਰਹੀ ਹੈ, ਜਗ ਸਿੰਘ ਵਾਲੇ ਦਾ ਕਬੱਡੀ ਕੱਪ ਹੈ। ਲਓ ਦੇਖੋ ਵੀ ਚਾਰਾਂ ਦੇ ਵਿੱਚੋਂ ਕੌਣ ਜੱਫਾ ਲਾਊਗਾ ਕਿ ਕੌਣ ਕਿੰਨੇ ਪਾਣੀ ਵਿੱਚ ਪਤਾ ਜਾਣਾ ਲੱਗ ਪਈ। ਲਓ ਤਖਤੂਪੁਰੀ ਹੈ, ਐਨ ਕਮਾਲ ਦਾ ਜੱਫਾ ਲਾ ਗਿਆ। ਲਓ ਦੇਖੋ ਵੀ ਸੁੱਖਾ ਡੱਕਿਆ ਗਿਆ। ਅਗਲੀ ਰੇਡ ਕਹਿੰਦੇ ਝੋਰੜਾ ਵਾਲਾ ਸੋਨੀ ਪਾਉਣ ਦੇ ਲਈ ਤਿਆਰ ਹੈ। ਸੋਨੀ ਝੋਰੜਾ ਵਾਲਾ ਅੱਜ ਪੰਜ ਗ੍ਰਾਈ ਦਾ ਪੁੱਤ ਬਣ ਖੇਡ ਰਿਹਾ। ਆਈ ਹੋਈ ਰੇਡ ਦੇ ਸਾਹਮਣੇ ਕਹਿੰਦੇ ਚਾਰ ਜਾਫੀ ਹੈ ਲੰਡਿਆਂ ਦੀ ਟੀਮ ਦੇ। ਮੰਦਰ ਹੋਣਾ ਨੇ, ਪੂਰਨ ਹੋਣਾ ਨੇ, ਬਿਕਰ ਹੋਣਾ ਨੇ ਐਨ ਸਿਰੇ ਦੀ ਕਬੱਡੀ ਖੇਡੀ ਹੈ। ਰੋਡੇ ਲੰਡੇ ਜਿਹੜੇ ਮੋਗੇ ਦੀ ਟੀਮ ਹੈ। ਲਓ ਦੇਖੋ ਵੀ ਚਾਰ ਜਾਫੀ ਹੈ। ਲਓ ਇੱਧਰ ਕਹਿੰਦੇ ਨੌਜਵਾਨ ਬੇਅੰਤ ਨੇ ਕੋਸ਼ਿਸ਼ ਕੀਤੀ ਹੈ ਪਰ ਨੰਬਰ ਰੇਡਰ ਦੇ ਹਿੱਸੇ ਹੈ। ਅਗਲੇ ਮੈਚ ਦੀਆਂ ਟੀਮਾਂ ਡਰੋਲੀ ਭਾਈ ਤੇ ਤੂਤ ਜਲਦੀ ਦੇ ਨਾਲ ਤਿਆਰੀ ਕਰ ਲੈਣ। ਡਰੋਲੀ ਭਾਈ ਤੇ ਤੂਤ ਸੀਰ ਵਾਲੀ ਦਾ ਮੈਚ ਖਾਰੇ ਦੀ ਟੀਮ ਦੇ ਨਾਲ ਖੇਡਿਆ ਜਾਣਾ। ਲਓ ਪਈ ਹੋਈ ਰੇਡ ਤੇ ਕਹਿੰਦੇ ਚਾਰ ਜਾਫੀ ਹੈ, ਕੋਟ ਭਾਈ ਦੇ ਮੋਨੂ ਦੀ ਛਾਤੀ ਦੇ ਵਿੱਚ ਟੱਚ ਕੀਤਾ, ਇੱਕ ਤਗੜੇ ਨੰਬਰ ਦਾ ਵਾਅਦਾ ਇਸ ਗੱਭਰੂ ਨੇ ਕਰ ਦਿੱਤਾ। ਜੱਸਾ ਪੰਜ ਗ੍ਰਾਈ ਵਾਲਾ ਰੇਡ ਪਾ ਰਿਹਾ ਤੇ ਗੱਲ ਸੁਨੇਹਾਂ ਵਾਲੇ ਗੁਰਚਰਨ ਨੇ ਕਰਨੀ ਹੈ। ਦੇਖੋ ਸਾਹਮਣੇ ਜੱਸੇ ਦੀ ਪਾਈ ਹੋਈ ਕਬੱਡੀ ਹੈ, ਉਧਰ ਚਾਰ ਜਾਫੀ ਹੈ ਤੇ ਸਿਰੇ ਦੀ ਸਟਾਪ ਲਾਈਨ ਬਣੀ ਹੋਈ ਹੈ। ਹੋਰ ਕਿੰਨੇ ਪਾਣੀ ਵਿੱਚ ਪੱਤਾ ਜਾਣਾ ਲੱਗ ਪਈ ਤੇ ਮਾਰ ਮਾਰ ਧੌਲਾ ਕਿਹੜੇ ਕੱਢਣਗੇ ਅਗਬੇ, ਗੱਲਾਂ ਸਮੇਂ ਦੀਆਂ ਹੋਣਗੀਆਂ। ਦੇਖੋ ਸਾਹਮਣੇ ਇਹ ਵੀ ਨੌਜਵਾਨ ਸਿਰੇ ਦਾ ਪ੍ਰਦਰਸ਼ਨ ਕਰਦਾ ਹੈ ਪਰ ਜੱਸਾ ਇੱਕ ਸੁੰਦਰ ਜਿਹਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਅੱਜ ਆਪਾਂ ਦੇਖੀਏ ਇਹ ਆ ਜਗਤ ਸਿੰਘ ਵਾਲੀ ਦੀ ਧਰਤੀ ਤੇ ਦੁਨੀਆਂ ਦੇ ਸੁਪਰ ਸਟਾਰ ਖੇਡ ਰਿਹਾ, ਸੰਗਤ ਦਾ ਵੱਡਾ ਇਕੱਠ ਹੈ। ਉਹ ਦੇਖੋ ਸਾਹਮਣੇ ਨੌਜਵਾਨ ਸੁੱਖਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਤੇ ਚਾਰ ਜਾਫੀਆਂ ਦੇ ਉੱਤੇ ਟਰਾਈ ਕੀਤੀ ਹੈ, ਨੰਬਰ 22 ਦੇ ਹਿੱਸੇ ਜੋੜਦਾ ਹੋਇਆ। ਇਹ ਵੀ ਸੁਖਰਾਜ ਛੇੜ ਕਹਾਣੀ ਲਾ ਪੰਜ ਗ੍ਰਾਈ ਵਾਲਾ ਕਹਿੰਦੇ ਜੰਬੋ ਜਿੱਟ, ਇੱਕ ਵੱਡੇ ਜਹਾਜ਼ ਦਾ ਨਾਮ ਹੈ ਜੰਬੋ ਜਿੱਟ। ਲਓ ਦੇਖੋ ਵੀ ਇੱਧਰ ਪੰਜ ਗ੍ਰਾਈ ਵਾਲੇ ਨੇ ਕਬੱਡੀ ਪਾ ਦਿੱਤੀ ਹੈ। ਉੱਧਰ ਸਾਡੇ ਪਿੰਦਾ ਜੀ ਮੈਂਬਰ ਸਾਹਿਬ ਇਸ ਨਗਰ ਦਾ ਮਾਣ ਹੈ, ਦੋਨਾਂ ਹੀ ਬੁਲਾਰਿਆਂ ਦੇ ਲਈ ਵੱਡਾ ਮਾਨ ਸਨਮਾਨ ਭੇਜਦੇ ਹੈ। ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ, ਪਿੰਦਾ ਭਰਾ ਸਾਡਾ ਮੈਂਬਰ ਸਾਹਿਬ ਹੈ, ਉਹਨਾਂ ਵੱਲੋਂ ਵੱਡੇ ਮਾਨ ਪੁੱਜੇ ਹੈ। ਆ ਵੀ ਨੌਜਵਾਨਾਂ ਰੂਪੇ ਪਾ ਕਬੱਡੀ, ਕਦੇ ਤੂਤਾਂ ਦੀ ਟੀਮ ਦੇ ਲਈ ਲੰਬਾ ਸਮਾਂ ਖੇਡਿਆ, ਗੁਲਾਮੀ ਵਾਲਾ ਪਿੰਡ ਹੈ। ਉਹ ਦੇਖੋ ਸਾਹਮਣੇ ਨੌਜਵਾਨ ਸਾਊ ਜੇ ਸੁਭਾਅ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਨਬੀ ਦਾ ਤਖਤੂਪੁਰਾ ਪਿੰਡ ਹੈ, ਕਹਿੰਦੇ ਸਿਰੇ ਦੇ ਧਾਵੀਆਂ ਨੂੰ ਡੱਕਦਾ ਇਹ ਆ ਤਖਤੂਪੁਰੇ ਵਾਲਾ। ਉਹ ਦੇਖੋ ਸਾਹਮਣੇ ਵੀ ਪੈ ਗਿਆ ਵਿੱਚ ਮੈਦਾਨ ਦੇ ਪੇਚਾ, ਉੱਡ ਗਿਆ ਵਿੱਚ ਸਮਾਨ ਦੇ ਰੇਤਾ, ਧੂੜ ਚੜ ਗਈ ਹੈ ਅਸਮਾਨਾਂ ਨੂੰ, ਬਾਂਗ ਚ ਰਖੜਿਆਂ ਘੁੰਮਦੇ ਪਰਖੋ ਜੋਰ ਜਵਾਨਾਂ ਦੇ। ਲਓ ਸੋਨੀ ਕਹਿੰਦੇ ਝੋਰੜਾ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਕਿ ਪਿੰਡੇ ਦੇਖੋ ਮੁੰਡਿਆਂ ਦੇ ਜਵਾਨੀ ਉੱਡ ਜੂ ਕਰਦੀ, ਜਾਂ ਫਿਰ ਜਿਵੇਂ ਝਪਟ ਹੈ ਚੀਤੇ ਦੀ ਉਡਾਰੀ ਰੇਡ ਹਿਰਨ ਵਾਂਗ ਹੈ ਭਰਦੀ। ਲਓ ਲੰਡਿਆਂ ਦਾ ਬੋਹੜਾ ਦੇ ਸੋਨੀ ਝੋਰੜਾ ਵਾਲੇ ਦੀ ਟੱਕਰ ਹੈ ਪਰ ਝੋਰੜਾ ਵਾਲੇ ਸੋਨੀ ਨੇ ਕਹਿੰਦੇ ਸਿਰੇ ਦਾ ਨੰਬਰ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ। ਰਾਜਿਆਂ ਦੀਆਂ ਸੁੱਖਾਂ, ਬਾਬੇ ਗੁਰਦਿਆਰ ਸਿੰਘ ਬਿੱਲੂ ਦਾ ਪੇਂਡੂ ਹੈ। ਲਓ ਸੱਜੇ ਪਰਦੇ ਕਹਿੰਦੇ ਦੋ ਤਿੰਨ ਥਾਪੀਆਂ ਮਾਰ ਦਿੱਤੀਆਂ, ਸਮੱਦਰ ਜਿਹਾ ਕੱਦ ਹੈ, ਗੁੰਦਿਆ ਹੋਇਆ ਜੁੱਸਾ। ਲਓ ਚਾਰ ਜਾਫੀ ਤਿਆਰ ਹੈ ਪੰਜ ਗ੍ਰਾਈ ਦੀ ਟੀਮ ਦੇ। ਲਓ ਚਾਰਾਂ ਦੇ ਵਿੱਚੋਂ ਕੌਣ ਜੱਫਾ ਲਾਵੇਗਾ। ਲਓ ਮੁਕਾਬਲਾ ਹੋਇਆ ਪਰ ਨੰਬਰ ਕਹਿੰਦੇ ਰਾਜਿਆਂ ਦਾ ਸੁੱਖਾ ਆਪਣੀ ਟੀਮ ਦੇ ਲਈ ਜੋੜ ਗਿਆ। ਅਗਲੀ ਰੇਡ ਕਹਿੰਦੇ ਪੰਜ ਗ੍ਰਾਈ ਵਾਲਾ ਜੱਸਾ ਕਿ ਬਲਜੀਤ ਗੋਪੀ ਗੁਰਵਿੰਦਰ ਭਲਵਾਨ ਮਿੱਤਰੋ, ਖੁਸ਼ੀ ਪਾਲੇ ਮੰਗੀ ਨੂੰ ਨੀ ਕੌਣ ਜਾਣਦਾ, ਧਾਵੀ ਰੋਕ ਲੈਂਦੇ ਲਾ ਕੇ ਪੂਰੀ ਜਾਨ ਮਿੱਤਰੋ, ਇਹ ਅਮਰੂ ਤੇ ਸੋਨਾ ਦੇਖੇ ਤੀਰ ਕੌਡੀ ਦੇ, ਕੈਂਚੀ ਮਾਰਦਾ ਬਗੀਚਾ ਡਾਲਿਆਂ ਤੋਂ ਫੜ ਕੇ ਅੱਜ ਕੱਲੇ ਕੱਲੇ ਗੱਭਰੂ ਦੀ ਸਿਫਤ ਜਾਰੀ ਕਰਕੇ। ਲਓ ਜੱਸੇ ਦੀ ਰੇਡ ਤੇ ਲੰਡਿਆਂ ਵਾਲੇ ਬੋੜੇ ਨੇ ਕੋਸ਼ਿਸ਼ ਕੀਤੀ ਹੈ ਪਰ ਨੰਬਰ ਰੇਡਰ ਦੇ ਹਿੱਸੇ ਹੈ। ਲਓ ਰੂਪਾ ਰੇਡ ਮਾਰਿਆ ਤੇ ਗੱਲ ਗੁਰਚਰਨ ਸਿੰਘ ਦੀ ਸੁਨੇਹ, ਉੱਧਰ
सेठी जी साउंड बहुत वधिया है पर सेठी जी कुछ दर्शक कहिंदे भी समझ नहीं आ रही थोड़ी जी सेटिंग कर दिओ क्योंकि साउंड काबले तारीफ है हर खुशी दे मौके तुसी जरूर मौका देना है सेठी जी साउंड वधिया है बहुत धन्यवाद है थोड़ा जी सेटिंग कर दिओ इधर जंबो जट कहिंदे दो ट्रैक्टरां दा जेतू खड़ारी पंज ग्राई वाला कबड्डी पा रहा है जलंधर सिंह जी सिद्धू साहब उहनां दा पिंड है मेजर सिंह जी बराड़ उहनां कहिंदे मिलके वड्डे माण करदे मोटर जिहड़े है वह खिडारियों का भी करते हैं तो बुलारियों का भी करते हैं रैफरियों का भी करते हैं उस पिंड का नौजवान है पर उधर अशोक जैतो वाला दयालपुरे का देव गाल वाला बिल्ला भी पुजे है कौर मचाकी वाला सुखमंदर कहिंदे सिरे का इस इलाके का अंपायर है सारे भरावां का धन्यवाद है सुखा राजेयाने का कबड्डी पा रहा है छोटी जी है उम्र मुंडे की तो मुंडा बड़ा फुरतीला है बिच मैदान दे इंज है मेल का जिदा मेल ਦਾ ਨਾਗ ਜਰੀਲਾ ਹੈ ਵਿੱਚ ਮੈਦਾਨ ਦੇ ਇੰਜ ਹੈ ਮੇਲ ਦਾ ਜਿੱਦਾਂ ਮੇਲ ਦਾ ਨਾਗ ਜਰੀਲਾ ਹੈ ਸੋਨੀ ਝੋੜਾਂ ਦੀ ਧਰਤੀ ਦਾ ਕਬੱਡੀ ਪਾ ਰਿਹਾ ਬਾਬਾ ਈਸ਼ਰ ਸਿੰਘ ਦੀ ਧਰਤੀ ਆ ਝੋੜਾਂ ਪਿੰਡ ਜ਼ਿਲ੍ਹੇ ਲੁਧਿਆਣੇ ਦਾ ਤੇ ਸਾਹਮਣੇ ਨੌਜਵਾਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੁਣ ਚਾਰ ਜਾਫੀਆਂ ਦੀ ਵਿਉਤਬੰਦੀ ਕੀ ਹੋਵੇਗੀ ਬਲਵਿੰਦਰ ਸਿੰਘ ਵੀ ਕਿੱਥੋਂ ਡੱਕ ਪਾਉਣੀ ਹੈ ਕਿੱਥੋਂ ਰੱਖ ਪਾਉਣੀ ਹੈ ਵੀ ਕਿੱਥੋਂ ਇਸ ਨੌਜਵਾਨ ਨੂੰ ਡੱਕ ਪਾਉਣੀ ਹੈ ਪਰ ਆਹ ਦੇਖੋ ਸਾਹਮਣੇ ਨੌਜਵਾਨ ਦੋ ਨੰਬਰ ਤੋਂ ਟੁੱਟ ਕੇ ਸਾਹਮਣੇ ਅੜਿਆ ਪਰ ਆਹ ਦੇਖੋ ਸਾਹਮਣੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਆਹ ਵੀ ਨੌਜਵਾਨਾਂ ਰੂਪੇ ਪਾ ਕਬੱਡੀ ਤਾਂ ਵੀ ਸੁਖਰਾਜ ਛੇੜ ਕਹਾਣੀ ਮੁੰਡੇ ਦੀ ਲਾ ਰੂਪਾ ਕਹਿੰਦੇ ਗੁਲਾਮੀ ਵਾਲੇ ਦਾ ਖੇਡ ਮੈਦਾਨ ਦੇ ਵਿੱਚ ਅਗਲੀ ਰੇਡ ਪਾਉਣ ਦੇ ਲਈ ਵੱਧ ਚੁੱਕਿਆ ਚਾਰ ਜਾਫੀ ਹੈ ਪੱਟਾਂ ਤੇ ਥਾਪੀਆਂ ਵੱਜ ਰਹੀਆਂ ਵੱਡਾ ਇਕੱਠ ਹੈ ਜਗ ਸਿੰਘ ਵਾਲੇ ਦੀ ਧਰਤੀ ਹੈ ਬ੍ਰਹਮ ਗਿਆਨੀ ਬਾਬਾ ਭਗਤ ਸਿੰਘ ਦੀ ਸਲਾਨਾ ਵਰਸ਼ੀ ਹੈ ਪਰ ਇਸ਼ਾਰਾ ਹੋ ਗਿਆ ਸੁਖਵਿੰਦਰ ਸਿੰਘ ਜੀ ਫਿੱਡੇ ਵੀ ਜਾਫੀ ਦਾ ਪੈਰ ਜਿਹੜਾ ਲਾਈਨ ਤੋਂ ਬਾਹਰ ਚਲਾ ਗਿਆ ਇਸ ਲਈ ਨੰਬਰ ਜਿਹੜਾ ਉਹ ਗੁਲਾਮੀ ਵਾਲੀ ਰੂਪੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਜੱਸਾ ਆ ਗਿਆ ਫਿਰ ਰੇਡ ਪਾਉਣ ਦੇ ਲਈ ਜੱਦ ਪ੍ਰਾਣੀ ਵਾਲਾ ਵੀ ਮਸ਼ਹੂਰ ਹੈ ਸਿੱਧਵਾਂ ਦੋਨਾਂ ਦੇ ਜੱਸੇ ਦਾ ਵੀ ਕਹਿੰਦੇ ਵੱਡਾ ਨਾਮ ਹੈ ਕਬੱਡੀ ਦੀ ਦੁਨੀਆ ਦੇ ਵਿੱਚ ਲਓ ਪੈਰ ਦੇ ਨਾਲ ਟੱਚ ਕੀਤਾ ਤੇ ਬੜੀ ਤੇਜ਼ੀ ਦੇ ਨਾਲ ਇੱਕ ਜਾਨ ਦਾ ਰੰਗ ਦਾ ਵਾਧਾ ਇਸ ਗੱਭਰੂ ਨੇ ਕਰ ਦਿੱਤਾ ਅਗਲੇ ਮੈਚ ਦੇ ਲਈ ਡਰੋਲੀ ਭਾਈ ਤੇ ਤੂਤ ਸੀਰ ਵਾਲੀ ਤੇ ਖਾਰਾ ਸਮਾਧ ਭਾਈ ਤੇ ਪਾਕਾ ਇਹ ਟੀਮਾਂ ਤਿਆਰੀ ਕਰ ਲੈਣਗੀਆਂ ਲਓ ਸੁੱਖੇ ਦੀ ਪਾਈ ਹੋਈ ਰੇਡ ਤੇ ਕੌਣ ਜੱਫਾ ਲਾਵੇਗਾ ਇੱਕ ਭੰਡਾਲ ਦੋਨੇ ਵਾਲਾ ਮਸ਼ਹੂਰ ਹੈ ਲਓ ਕੋਟ ਭਾਈ ਵਾਲਾ ਮੋਨੂ ਐਨ ਕਮਾਲ ਦਾ ਜੱਫਾ ਲਾ ਗਿਆ ਇਹ ਆ ਮੋਨੂ ਕੋਟ ਭਾਈ ਵਾਲਾ ਤਕੜਾ ਜੱਫਾ ਲਾ ਗਿਆ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਝੋਰੜਾ ਵਾਲਾ ਸੋਨੀ ਹੈ ਉਧਰ ਸੂਰਜ ਛਿਪਿਆ ਤੇ ਚੰਦਰਮਾ ਨੇ ਕਹਿੰਦੇ ਦਰਸ਼ਨ ਦੇਤੇ ਆ ਅਸਮਾਨ ਦੇ ਵਿੱਚ ਧਰਤੀ ਦਾ ਕਹਿੰਦੇ ਉਪਗ੍ਰਹਿ 384,000 ਤੇ 400 ਕਿਲੋਮੀਟਰ ਦੂਰ ਹੈ ਇਹ ਸਾਇੰਟਿਸਟ ਕਹਿੰਦੇ ਆ ਵੀ ਧਰਤੀ ਦੇ ਨਾਲੋਂ ਲਓ ਝੋਰੜਾ ਵਾਲੇ ਸੋਨੀ ਦੀ ਰੇਡ ਇਹ ਲੰਡਿਆਂ ਵਾਲੇ ਬੋੜੇ ਨੇ ਕੋਸ਼ਿਸ਼ ਕੀਤੀ ਹੈ ਲੱਗਿਆ ਹੋਇਆ ਜ਼ੋਰ ਪਰ ਨੰਬਰ ਜਿਹੜਾ ਉਹ ਰੇਡਰ ਦੇ ਹਿੱਸੇ ਜਾ ਜੁੜਿਆ ਰੂਪੇ ਦੀ ਰੇਡ ਤੇ ਗੱਲ ਗੁਰਚਰਨ ਸਿੰਘ ਸਨੇਰ ਲਓ ਦੇਖੋ ਸਾਹਮਣੇ ਰੂਪਾ ਫਿਰ ਕਬੱਡੀ ਪਾ ਰਿਹਾ ਹੈ ਇਸ ਇਲਾਕੇ ਦਾ ਮਹਾਨ ਖਿਡਾਰੀ ਹੈ ਤੂਤਾਂ ਦਾ ਗੁਰਜੀਤ ਉਸ ਨੌਜਵਾਨ ਦੇ ਨਾਲ ਖੇਡ ਕਬੱਡੀ ਕਹਿੰਦੇ ਰਵਿੰਦਰ ਸਿੰਘ ਰੂਪੀ ਨੇ ਚੰਡਿਆ ਹੋਇਆ ਖਿਡਾਰੀ ਹੈ ਸਾਹਮਣੇ ਕਬੱਡੀ ਪਾ ਰਿਹਾ ਦੂਸਰੇ ਪਾਸੇ ਦੇਖੋ ਹੁਣ ਚਾਰ ਜਾਫੀਆਂ ਦੇ ਵਿੱਚੋਂ ਦੇਖੋ ਮੱਲਣ ਵਾਲਾ ਕਹਿੰਦਾ ਵੀ ਆਹ ਨੌਜਵਾਨਾਂ ਤੂੰ ਸਿਰਾ ਹੀ ਕਰਾਉਣਾ ਹੈ ਤੇ ਆਹ ਦੇਖੋ ਸਾਹਮਣੇ ਯੱਸਾ ਫਿਰ ਕਬੱਡੀ ਪਾ ਰਿਹਾ ਔਰ ਪੂਰੀ ਸੰਗਤ ਕਹਿੰਦੇ ਪੂਰਾ ਹਜੂਮ ਜੁੜਿਆ ਹੋਇਆ ਹੈ ਜਗਤ ਸਿੰਘ ਵਾਲੇ ਦੀ ਧਰਤੀ ਹੈ ਦੋ ਮੇਰੇ ਵੀਰੋ ਆਉਣ ਵਾਲੀ ਜਿਹੜੀ ਤਰੀਕ ਹੈ ਉਹ ਸਬੱਦੀ ਕਲਾਂ ਦੇ ਵੱਡੇ ਕਬੱਡੀ ਕੱਪ ਦੀ ਹੈ ਗੱਲ ਵਾਲਾ ਬਿੱਲਾ ਕਹਿੰਦਾ ਉੱਥੇ ਵੀ ਮੋਟਰਸਾਈਕਲ ਦਿੱਤੇ ਜਾਣਗੇ ਅਤੇ 3 ਤਰੀਕ ਜਿਹੜੀ ਹੈ ਜੱਗੀਉੜੇ ਕਹਿੰਦੇ ਆਪਣੇ ਨਗਰ ਦੇ ਵਿੱਚ ਰੌਣਕਾਂ ਲੱਗਣਗੀਆਂ ਮੁਕਾਬਲਾ ਸਮਾਪਤ ਹੈ 10ਵੀਂ ਬਾਈ ਕਿਹੜੀ ਟੀਮ ਜੇਤੂ ਹੈ ਪੰਜ ਗਰਾਈਂ ਦੀ ਟੀਮ ਚੱਲਦੇ ਮੈਚ ਦੇ ਵਿੱਚੋਂ ਬਾਈ ਜੀ ਜੇਤੂ ਆ ਨੋਟ ਕਰ ਲਓ ਇੱਥੇ ਪੰਜ ਗਰਾਈਂ ਦੀ ਟੀਮ ਨੇ ਮੈਚ ਜਿੱਤਿਆ ਇਸ ਤੋਂ ਅਗਲਾ ਮੈਚ ਡਰੋਲੀ ਭਾਈ ਤੇ ਤੂਤਾਂ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ ਖਿਡਾਰੀ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣਗੇ